ਅਸਦ ਆ ਗਿਆ ਜੀ ਲਿਓ ਜੀ ਫਾਈਨਲੀ ਮੈਂ ਅਸਲਾਮ ਵਾਲੇਕੁਮ ਜੀ ਉਮੀਦ ਕਰਦੇ ਹਾਂ ਜੀ ਸਾਰੇ ਵੱਲ ਸੋ ਮੈਂ ਆਸਮ ਹੁਸੈਨ ਤੁਸਾਂ ਤੱਕ ਰਹੇ ਜੀ ਦੇਸੀ ਕਸ਼ਮੀਰੀ ਤਾਂ ਜਨਾਬ ਅੱਜ ਇੱਕ ਨਵੀਂ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਨਾਬ ਤਾਂ ਸੁਬਾਹ ਅਰਲੀ ਮੋਰਨਿੰਗ ਹੈ ਤਾਂ ਅੱਜ ਜੁੜੇ ਹਾਂ ਅਸਾਂ ਏਅਰਪੋਰਟ ਜਨਾਬ ਨਿਕਾ ਪੰਜਾਹ ਏਰੀਆ ਵੈ ਅਸਦ ਤਾਂ ਉਸੇ ਕਿ ਨਵਾਂ ਜੁੜੇ ਹਾਂ ਮਾਂਚੈਸਟਰ ਤਾਂ ਹੁਣ ਅਸਾਂ ਰੈਡੀ ਹੋਣੇ ਹਾਂ ਕੱਪੜੇ ਛੱਪੜੇ ਚੇਂਜ ਕਰਨੇ ਆ ਜਨਾਬ ਤਾਂ ਫਿਰ ਸਫ਼ਰ ਨਾਲ ਆਗਾਜ਼ ਕਰਨੇ ਹਾਂ ਤਾਂ ਜੁੜੇ ਹਾਂ ਏਅਰਪੋਰਟ ਤਾਂ ਲਾਲ ਸੌਂਗੀ ਏਅਰਪੋਰਟ ਨਾਲ ਵਿਊ ਦੱਸਾਂ ਕੋਸ਼ਿਸ਼ ਕਰ ਸਾਂ ਉੱਥੇ ਜੁੜਾਂ ਬਾਹਰ ਉੱਥੇ ਸੌਂਗੀ ਜਹਾਜ਼ ਵੀ ਦੱਸਾਂ ਜਿੱਥੋਂ ਲੈਂਡ ਹੋਣੇ ਹਨ ਬਿਲਕੁਲ ਕਲੋਜ਼ ਜੁੜੀਦਾ ਤਾਂ ਅਬੀਰਾ ਵੀ ਜੁੜੀ ਆ ਲਾਲ ਤਾਂ ਆਈ ਜੇ ਜੁੜਨੇ ਹਾਂ ਸਿੱਧੇ ਮਾਂਚੈਸਟਰ ਏਅਰਪੋਰਟ ਚਲੇ ਲਿਓ ਜੀ ਫਾਈਨਲੀ ਮੈਂ ਤਾਂ ਅਬੀਰਾ ਜੀ ਅਸਦ ਜੀ ਕਿੰਨੇ ਵਾਸਤੇ ਆਈ ਗਈ ਹਾਂ ਇਹ ਜਨਾਬ ਬਾਹਰ ਬੈਠੇ ਹਾਂ ਕਿਉਂਕਿ ਜਹਾਜ਼ ਅਜੇ ਲੇਟ ਹੋਇਆ ਵੈ ਤਾਂ ਅਜੇ ਏਅਰਪੋਰਟ ਨੇ ਥੋੜ੍ਹਾ ਜਿਹਾ ਬਾਹਰ ਖੜਦੇ ਹਾਂ ਗੱਡੀ ਖੜਾਈ ਹੈ ਤਾਂ ਜਹਾਜ਼ ਲੈ ਸੀ ਤਾਂ ਫਿਰ ਜੁਲਸਾਂ ਅੰਦਰ ਏਅਰਪੋਰਟ ਵਾਲੇ ਪਾਸਾ ਪਾਰਕਿੰਗ ਫਿਰ ਗੱਡੀ ਖੜਾਸਾਂ ਹੁਣ ਪਹਿਲੇ ਲੈ ਕੇ ਤੁਸੀਂ ਪਤਾ ਪਾਰਕਿੰਗ ਬੜੀ ਮਹਿੰਗੀ ਹੈ ਇੱਥੇ ਵੀਰਾ ਤੁਸੀਂ ਕਿੰਨੇ ਵਾਸਤੇ ਆਈ ਹੈ ਬਾਈ ਵੀ ਕਿੰਨੇ ਆਈ ਹੈ ਵਾਓ ਫਿਰ ਜੁਲੇ ਹਾਂ ਏਅਰਪੋਰਟ ਵੀਰਾ ਹਾਏ ਹਾਏ ਕਰਨ ਬਾਈ ਕੀ ਕਿੰਨੇ ਆਈ ਹੈ ਬਾਹਰ ਆਈ ਹੈ ਉਹੀ ਉੱਪਰ ਜਾ ਸੇ ਆਖੋ ਜੀ ਮੈਂ ਤਾਂ ਵੀਰਾ ਇੱਧਰ ਤੱਕ ਹੀ ਸਕਦੇ ਹੋ ਜੀ ਜੰਗਲ ਹੈ ਪਾਰਕ ਹੈ ਚੀੜੀਆਂ ਤੋਤਿਆਂ ਦੀਆਂ ਆਵਾਜ਼ਾਂ ਆ ਰਹੀਆਂ ਨਾ ਵੀਰਾ ਆਉਣੀ ਅੱਛੋ ਜੁਲਾਂ ਆਵਾਜ਼ਾਂ ਸੁਣਨਾ ਨਾਈਸ ਨਾ ਜੁਲਾਂ ਲਓ ਜੀ ਤੱਕ ਹੀ ਸਕਦੇ ਹੋ ਜੀ ਜਹਾਜ਼ ਵਾਹ ਕਮਤਾ ਦਾ ਜੀ ਕੋ ਜੀ ਕੋ
ਲਿਓ ਜੀ ਜਨਾਬ, ਫਾਈਨਲੀ ਅਸੀਂ ਘਰ ਵਾਪਸ ਆ ਗਏ ਹਾਂ। ਅਸਦ ਕੀ ਨਹੀਂ ਤਾਂ ਜਨਾਬ ਤੇ ਫਿਲਹਾਲ ਥੱਕੇ ਆ ਅਸਦ, ਕਾਫੀ ਜ਼ਿਆਦਾ ਸਫ਼ਰ ਕੀਤਾ ਆ। ਤੁਸੀਂ ਪਤਾ ਜਦੋਂ ਨਹੀਂ ਡਾਇਰੈਕਟ ਫਲੈਟਾਂ ਸਾਡੀਆਂ ਖਤਮ ਹੋਈਆਂ, ਉਹ ਆਇਆ ਦੁਬਈ, ਕਤਰ ਜਾਂ ਤੁਰਕਿਸ਼ ਏਅਰਲਾਈਨ ਬਚਣਾ ਪੈਣਾ ਹੋਇਆ ਤਾਂ 24-26-30 ਘੰਟੇ ਤੁਸੀਂ ਲੱਗੀ ਜਾਣੇ ਨੇ। ਤਾਂ ਇਸ ਵਜ੍ਹਾ ਤੋਂ ਰਾਹ 'ਚ ਅਸਾਂ ਬਿਲਕੁਲ ਖਲਦੇ ਵੀ ਗੋਨਾ, ਸਿੱਧੇ ਆਏ ਹਾਂ ਘਰ। ਤਾਂ ਹੁਣ ਅਸਾਂ ਆਇਆ ਵੀਡੀਓ ਨਾਲ ਕਰਨੇ ਐਂਡ, ਤਾਂ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਤੁਸਾਂ ਨਾਲ ਫਿਰ ਹਾਜ਼ਰ ਹੋ ਸਾਂ, ਅਤੇ ਨਾਲ ਅਸਾਂ ਦੇ ਨਾਲ ਵੀ ਗੱਲਬਾਤ ਕਰ ਸਾਂ ਕਿ ਉਸ ਇੰਗਲੈਂਡ ਅੱਛੀ ਤਾਂ ਕੀ ਅਜਿਹਾ ਲੱਗਾ ਹੋਇਆ ਇੰਗਲੈਂਡ। ਤਾਂ ਆਸਮ ਹੁਸੈਨ ਕੀ ਦੁਆਵਾਂ ਯਾਦ ਰੱਖੇ। ਤਾਂ ਇੱਕ ਨਵੀਂ ਵੀਡੀਓ ਨਾਲ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋ ਸਾਂ। ਅੱਲਾ ਹਾਫਿਜ਼।